अस्सलाम वालेकुम नाज़रीन, मैं हाँ ज़ाहिद हुसैन ते तुसारे दे पियो यूट्यूब चैनल घलू बाबा। नाज़रीन, आज 8 मुहर्रम अल हराम ते असां आया हुआ कब्रिस्तान दे विच, जिथे असां अपने प्यारे दी कब्री ते फातिहा भी पढ़सूं ते पानी भी सटेसूं। दुकान ते असे दाल चावल गिदे से, शह भी गिदी से। चाचा नज़ीर मैं ते तुफैली रवाना थे से कब्रिस्तान किते। चाचा नज़ीर आके चंद्रे मोटरसाइकिल सावले चलो धक्के हम दिल कब्रिस्तान पुजे से। ਠੇਕ ਸਾਰੇ ਬੰਦੇ ਆਏ ਵਧੇ ਹਨ, ਕੋਈ ਪਾਣੀ ਸੱਟਣ ਦਾ ਵਧਾ, ਕੋਈ ਮਿਸਤਰੀ ਲਈ ਪਿਆ ਅਤੇ ਕੋਈ ਫਾਤਿਹਾ ਪੜ੍ਹਦਾ ਬੈਠਾ। ਕੁਝ ਲੋਕ ਕੁਰਾਨ ਮਜੀਦ ਦੀ ਤਿਲਾਵਤ ਵੀ ਕਰਦੇ ਬੈਠੇ ਹਨ। ਅਸਾਂ ਵੀ ਆਪਣੇ ਪਿਆਰਾਂ ਦੇ ਕਬਰੀ 'ਤੇ ਪਾਣੀ ਸੱਟੇ ਸੀ ਤਾਂ ਫਾਤਿਹਾ ਪੜ੍ਹੀ ਸੀ, ਦੁਆ ਵੀ ਮੰਗੀ ਸੀ, ਇਸ਼ਾਦ ਸ਼ਾਹ ਬਣੇ ਦਾ ਪਿਆ। ਮਾਮਾ ਨੇ ਵਸੀਅਤ ਕੀਤੀ ਜੋ ਮੇਰੀ ਕਬਰ ਨਾ ਇੱਥਾਂ ਦੇ ਦਫਨੇ ਜੋ ਮੇਰੇ ਅੰਮਾ ਦੇ ਨਾਲ ਦਫਨੇ ਜੋ ਸੱਜੇ ਪਾਸੋਂ। ਹਾਂ, ਮੇਰੇ ਅੰਮਾ ਦੇ ਨਾਲ ਸੱਜੇ ਬਾਹਰੋਂ ਦਫਨੇ ਜੋ ਹੀ ਜਾਤੇ। ਹਾਂ, ਹੀ ਜਾਤੇ ਤੇ ਸਾਹ ਨਾ ਪੂਰਾ ਅੰਮਾ ਦੇ ਸੱਜੇ ਪਾਸੋਂ ਇੱਥੇ ਗੜਵਾ ਖੜਾ ਵਾਲਾ ਅੰਮਾ ਦੇ ਨਾਲ ਡੱਡਣ ਮੈਂ ਕਿਹਾ ਵੀ ਤੂੰ ਕਬਜ਼ਾ ਸ਼ੁਰੂ ਕਰਨੀ ਸੀ ਕਬਰਿਸਤਾਨ ਦੇ ਉੱਤੇ, ਹੁਣ ਤੂੰ ਬਜ਼ੁਰਗ ਸੀ ਅਤੇ ਕਬਰਿਸਤਾਨ ਜਹਾਂ ਤੇ ਕਬਜ਼ਾ ਸ਼ੁਰੂ ਕਰਨੀ ਸੀ। ਤੂੰ ਮਿਸਤਰੀ ਉਮੀਦ ਵੀ ਨਾਲ ਖੜਾ ਕੇ ਤੂੰ ਇੱਥਾਂ ਬਣਾਈ, ਪਹਿਲੇ ਤੂੰ ਲੀਕੀ ਵਾਂ, ਪਹਿਲੇ ਜਹਾਂ ਬੜੇ ਵਾ। ਮਾਮਾ ਨਜ਼ੀਰ ਖਿਲਾਣ ਪੈ ਗਏ ਜੋ ਹਾਂ ਮੈਂ ਇੱਥਾਂ ਪਹਿਲੇ ਆਪਣੀ ਜਾ ਲੀਕੀ ਵੇਂਦਾ ਤਾਂ ਕਿ ਕੋਈ ਵੀ ਕਬਰਿਸਤਾਨ ਦੇ ਇੱਥਾਂ ਕਬਰ ਨਾ ਬਣਾ ਸਕੇ। ਸਾਰੇ ਕੋਲ ਐਲਾਨ ਕਰੇ ਤੂੰ ਵੀ ਇੱਥਾਂ ਕੋਈ ਨਾ ਕਬਰਿਸਤਾਨ ਬਣਾਓ, ਇੱਥਾਂ ਕੋਈ ਨਾ ਕਬਰ ਬਣਾਓ, ਇੱਥਾਂ ਮੈਂ ਦਫਨੀ ਸੀ। ਲਾਲਾ ਇਹ ਤਾਂ ਖੱਦਾ ਹੀ ਹੋ ਪਿਆ ਤੁਸੀਂ ਵੀ ਜਾਂ ਬਿਆ ਕੋਈ ਨਾ ਦਫਨਾ ਹੋਏ ਕਾਹ ਨਹੀਂ ਗਿਆ ਵਧੀਆ। ਗਰਮੀ ਇਤਨੀ ਸ਼ਦੀਦ ਕਿ ਲੋਕ ਵਲਾਏ ਵੀ ਇਤਨੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਕਬਰਿਸਤਾਨ ਕੰਮ ਵਧ ਕਰ ਦਿੰਦੇ ਹਨ। ਇਹ ਜਿਹੜੀ ਜਾਇ ਨਾ ਇਹਦੇ ਉੱਤੇ ਸਾਰੇ ਤਕਰੀਬਨ ਸਾਰੇ ਸ਼ਰਧਾਲੂ ਥੀ ਕੇ ਦਫਾ ਇਹਦੇ ਵਿੱਚ ਮੌਲਵੀ ਅਬਦੁਲ ਖਾਲਿਕ, ਗੁਲਾਮ ਮੁਸਤਫਾ ਸਈਦੀ, ਰਿਆਜ਼ ਅਹਿਮਦ ਗੱਲੂ, ਗੁਲਾਮ ਅਲੀ ਅਤੇ ਮੁਨਸ਼ੀ ਅਬਦੁਲ ਰਹੀਮ ਗੱਲੂ, ਫਿਰ ਇਬਰਾਹੀਮ ਗੱਲੂ, ਫਿਦਾ ਸਿੰਘ ਗੱਲੂ, ਮੌਲਵੀ ਕਾਸਿਮ ਗੱਲੂ ਅਤੇ ਤਕਰੀਬਨ ਸਾਰੇ ਸ਼ਰਧਾਲੂ ਨਾ ਇਹਦਾ ਉੱਤੇ ਦਫਨੇ। ਬਾਕੀ ਕੁਝ ਵੀ ਪਰਤੇ ਵੀ ਹਨ, ਲੇਕਿਨ ਇਹ ਜਾਇ ਨਾ ਸਪੈਸ਼ਲ ਸਾਡੀ ਹੈ ਅਤੇ ਇਹਦੇ ਉੱਤੇ ਦਫਨੇ ਤਕਰੀਬਨ। ਗੁਲਾਮ ਅਲੀ ਗੱਲੂ, ਹਾਜੀ ਅਹਿਮਦ ਗੱਲੂ ਥੀ ਗਿਆ, ਸਿਆਜ ਅਹਿਮਦ ਗੱਲੂ ਥੀ ਗਿਆ, ਉਹਦੇ ਬਾਅਦ ਜ਼ੌਜਾ ਯਾਸ ਅਹਿਮਦ, ਉਸਕੇ ਬਾਅਦ ਤਕਰੀਬਨ ਸਾਰੇ ਨਾਹੀਂ ਦੇ ਦਫਨੇ ਅਤੇ ਇਹ ਲੱਗ ਇਹ ਜਾਇਨ ਅਜੇ ਸਾਰੀ ਹੈ।
ਅੱਛਾ ਤੇਰੀ ਹੁਣ ਕਬਰ ਇੱਥੋਂ ਕਿੱਥਾਂ ਬਣੂ ਜਿੱਦਾਂ ਨਸੀਬ ਹੋਵੇ ਨਹੀਂ ਥੀ ਨਾ ਇਹ ਬੁੱਸਾ ਬਸ ਹੋਟਲ ਲੈਂਦੇ ਪੈਨ ਉੱਥਾਂ ਹੋਟਲ ਲੈਂਦੇ ਪੈਨ ਹੋਟਲ ਲੈਂਦੇ ਪੈਨ ਰੋਟੀ ਖਾਓ ਓਏ ਚੌਕੀ ਦੇ ਰੇ ਚੌਕੀ ਦੇ ਰੇ ਹੋਜੇ ਬਣਾ ਵੀਡੀਓ ਬਣਾਈ ਦੇ ਹਾਂ ਉੱਡੇ ਰੇ ਚੌਕੀ ਦੇ ਰੇ ਬਾਬਾ ਦੇ ਚਾਉ ਉਹ ਬਣਾਉਣੇ ਕੰਮ ਕਰਨੇ ਚੌਥਾ ਉਹ ਚੌਖਾ ਵੇ ਇੱਕ ਕੇ ਦੂ ਹਨ ਤਰੇ ਦਾਦਾ ਦਾਦਾ ਪੇ ਪੂਰਾ ਮਤ ਇਹ ਤੋਂ ਬਾਅਦ ਅਸਾਂ ਇੱਕ ਜੱਤ ਗਏ ਸੀ ਜਿੱਥਾਂ ਕਿ ਨਾ ਹਮ ਸਹਿ ਜਿਹੜੇ ਨਾ ਵੱਡਾ ਸਾਰਾ ਥੱਲਾ ਬੜੀ ਪਿਆ ਸਾਰੇ ਕੰਪਨੀ ਨਾਲ ਲੁਕ ਜਾਂਦੇ ਨੇ ਅਤੇ ਅਸਾਂ ਨਾ ਹੀ ਵਾਸਤੇ ਇਹ ਥੱਲਾ ਬੜੇ ਦਿੱਤੀ ਤਾਂ ਕਿ ਨਿਸ਼ਾਨ ਪੱਕਾ ਥੀ ਵਜੇ ਸਾਰਾ ਇਹ ਕਬੜੀ ਮਜ਼ਬੂਤ ਅਤੇ ਪੱਕਿਆ ਥੀ ਵਜੇ ਅਖਰਾ ਸੀ ਓਏ ਮਾਂ ਕੁੱਥਾ ਡਾਇਰ ਸੁਮਾ ਤੂੰ ਪਹਿਲੇ ਮਾਂ ਕੋ ਤਾਂ ਪਿਓ ਨਾ ਸੁਮਾ ਆ ਉਹ ਸੁਤੇ ਬੈ ਵਾਂ ਛਾਡਾ ਹਟ ਮਾਂ ਉਹਦੇ ਪਈਏ ਸੀ ਰਹਾ ਚ ਪਾਗੇ ਬੇਗੂ ਕੇ ਕੜੀ ਪਾਦੀ ਪਿਓ ਉਹ ਫਿਰਾ ਨਾ ਤੇ ਬੇਗੂ ਗਲ ਕੇ ਪਈ ਫਿਰਾ ਨਾ ਤੇ ਤੂੰ ਨਾ ਹਰ ਪੂਰੀ ਮੁਹਰਮ ਦੇ ਵਿੱਚ ਪੂਰਾ ਕਬਰਿਸਤਾਨ ਸਫਾ ਥੀ ਵੈਂਦੇ ਲੇਕਿਨ ਆਪਾਂ ਕੁਛ ਇਹ ਤੱਕ ਕਿ ਹਰ ਸਾਲ ਨਾ ਇਹਨੂੰ ਸਫਾ ਕਰਨ ਦੇ ਬਜਾਏ ਹਫਤੇ ਦੇ ਵਿੱਚ ਮਹੀਨੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ 2 ਮਹੀਨੇ ਦੇ ਬਾਅਦ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਦੇ ਤੌਰ 'ਤੇ ਖੇਤਾਂ ਲਾਗਿੰਦਾ ਰਹੇ ਤਾਂ ਕਿ ਕਬਰਿਸਤਾਨ ਵਿੱਚ ਗੰਦਗੀ ਨਾ ਫੈਲੇ ਮਾਲ ਸ਼ਾਲੀ ਵਧਾਉਣ ਦੇ ਆਪਾਂ ਕੁਛ ਇਹ ਤੱਕ ਕਿ ਮਾਲ ਨਾ ਜਿਹੜੇ ਬੰਦੇ ਵੀ ਇਹ ਕਰਦੇ ਨੇ ਉਹਨਾਂ ਕੋਲ ਅਸੀਂ ਹਦਾਇਤ ਦੇ ਕਿ ਮਾਲ ਨਾ ਕਬਰਿਸਤਾਨ ਵੀ ਨਾ ਛੋੜੇ ਖੜੇ ਕਿਉਂਕਿ ਮਾਲ ਦੀ ਵਜ੍ਹਾ ਤੋਂ ਕਬਰੀ ਦੀ ਬੇਹਰਮਤੀ ਥੀਂਦੀ ਹੈ ਬੇਅਦਬੀ ਥੀਂਦੀ ਹੈ ਕਬਰਿਸਤਾਨ ਮਾਲ ਲੈਣ ਦੇ ਬਜਾਏ ਕੋਈ ਮੁਤਬਾਦਲ ਰਸਤਾ ਚਾਗੀਦਾ ਖੜੇ ਤਾਂ ਕਬਰੀ ਦੀ ਬੇਹਰਮਤੀ ਨਾ ਥੀ ਉਵੇਂ ਤਾਂ ਹਰ ਮੁਹਰਮ ਦੇ ਮੁਹਰਮ ਵੀ ਆਪਾਂ ਕਬਰਿਸਤਾਨ ਆਉਂਦੇ ਹਾਂ ਲੇਕਿਨ ਆਪਾਂ ਕੁਛ ਇੱਦਾਂ ਕਿ ਹਰ ਹਫਤੇ ਆਪਾਂ ਕੁਛ ਇੱਦਾਂ ਕਿ ਹਫਤੇ ਦੇ ਵਿੱਚ ਇੱਕ ਚੱਕਰ ਜੁੰਮਾ ਦੇ ਜੁੰਮਾ ਜਾਂ ਹਰ ਮਹੀਨੇ ਦੇ ਵਿੱਚ ਇੱਕ ਚੱਕਰ ਲਾ ਕੇ ਦਿੱਤਾ ਕਿ ਆਪਣੇ ਪਿਆਰਿਆਂ ਦੀ ਕਬਰਿਸਤਾਨ 'ਤੇ ਫਾਤਿਹਾ ਕਰਕੇ ਦੀ ਉਹਨਾਂ ਵਾਸਤੇ ਬਖਸ਼ਿਸ਼ ਤਲਬ ਕਰਕੇ ਦੀ ਤਾਂ ਕਿ ਉਹਨਾਂ ਕੋਈ ਪਤਾ ਲੱਗੇ ਜੋ ਸਾਰੇ ਆਪਣੇ ਆਏ ਵਧਣ ਸਾਰੇ ਵਾਸਤੇ ਆਉਂਦੇ ਨੇ ਸਾਰੇ ਵਾਸਤੇ ਦੁਆ ਕਰਦੇ ਨੇ ਸਾਰੇ ਵਾਸਤੇ ਬਖਸ਼ਿਸ਼ ਮੰਗਦੇ ਨੇ ਅਤੇ ਸਾਰੇ ਉੱਤੇ ਤਾਂ ਕਿ ਕੱਲ੍ਹ ਆਪਾਂ ਜੋ ਮਰੂ ਸਾਡੇ ਉੱਤੇ ਵੀ ਕੋਈ ਪੜ੍ਹਨ ਵਾਲਾ ਆਵੇ ਸਾਡੇ ਉੱਤੇ ਵੀ ਕੋਈ ਫਾਤਿਹਾ ਪੜ੍ਹਨ ਵਾਲਾ ਆਵੇ ਸਾਡੇ ਕੋਲ ਸਵਾਬ ਬਖਸ਼ਣ ਵਾਲਾ ਆਵੇ।